ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸ਼ ਗੁਰਦੇਵ ਮੰਤ ਨਿਰੋਧਰਾ ਗੁਰਦੇਵ ਸ਼ਾਂਤ ਸਤ ਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮੱਜਨ ਅਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਤ ਪਿਤ ਕਰਾ ਗੁਰਦੇਵ ਆਜ ਜੁਗਾ ਜੁਗ ਜੁਗ ਗੁਰਦੇਵ ਮੰਤਰ ਜਾ ਪੁਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਵਰ ਗੁਰਦੇਵ ਨਾਨਕ ਹਰ ਨਮਸਕਰਾ ਗੁਰਦੇਵ ਨਾਨਕ ਹਰ ਨਮਸਕਰਾ ਇਹੋ ਸਲੋਕ ਆਦਿ ਅੰਤ ਪੜ੍ਹਨਾ ਸੋ ਗੁਰਾਂ ਨੇ ਬਾਵਨ ਅੱਖਰੀ ਦੇ ਵਿੱਚ ਪ੍ਰਾਰੰਭ ਦੇ ਵਿੱਚ ਇਹ ਸਲੋਕ ਉਚਾਰਨ ਕੀਤਾ ਹੈ। ਬਾਅਦ ਦੇ ਵਿੱਚ ਫਿਰ ਇਹ ਸਲੋਕ ਅਖੀਰ 'ਤੇ ਲਿਖਿਆ ਹੈ। ਇਹ ਪਹਿਲਾਂ ਸਲੋਕ ਲਾਉਣਾ ਅਤੇ ਬਾਅਦ ਵਿੱਚ ਲਾਉਣ ਦਾ ਅਤੇ ਸਲੋਕ ਲਿਖ ਕਰਕੇ ਫਿਰ ਪੌੜੀ ਉਚਾਰਨ ਕਰਨੀ, ਫਿਰ ਸਲੋਕ ਫਿਰ ਪੌੜੀ, ਫਿਰ ਸਲੋਕ ਫਿਰ ਪੌੜੀ, ਬਾਵਨ ਅੱਖਰੀ, ਅਖੀਰ 'ਤੇ ਫਿਰ ਜਾ ਕੇ ਸਲੋਕ ਲਾਉਣਾ। ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ ਇਹਦਾ ਨਾਮ ਕੀ ਹੈ, ਕਿਉਂ ਲਾਇਆ ਜਾਂਦਾ, ਇਹਦਾ ਇਹਨੂੰ ਕਹਿੰਦੇ ਨੇ ਸੰਪਟ, ਸੰਪਟ ਲਾਉਣਾ, ਕਿ ਜਿਹੜਾ ਪਹਿਲਾਂ ਲਾਇਆ ਸੀ ਸਲੋਕ ਉਹੀ ਅਖੀਰ 'ਤੇ ਲਾਇਆ। ਇੱਕ ਸਲੋਕ ਪੜ੍ਹਨਾ ਫਿਰ ਉਸੇ ਨੂੰ ਵਿਆਖਿਆ ਸਹਿਤ ਪੌੜੀ 'ਚ ਲਿਖਣਾ, ਇਹ ਮਹਾਰਾਜ ਜੀ ਨੇ ਇੱਕ ਸੰਪਟ ਲਾਇਆ। ਸੋ ਬਾਣੀ ਜਿੱਥੋਂ ਸ਼ੁਰੂ ਹੁੰਦੀ ਹੈ ਉੱਥੇ ਸਮਾਪਤ ਹੁੰਦੀ ਜਾ ਕੇ, ਜਿਸ ਅੱਖਰ ਤੋਂ ਇੱਕ ਓਅੰਕਾਰ ਜਿਵੇਂ ਮੰਗਲ ਰੂਪ ਹੈ, ਇਸੇ ਤਰ੍ਹਾਂ ਹੀ ਅਖੀਰ 'ਤੇ ਜਾ ਕੇ ਵੀ 18, 10, 20 ਅਤੇ ਸੱਸਾ ਲੱਗਦਾ। ਸਤਿਗੁਰਾਂ ਨੇ ਇਹ ਬਖਸ਼ਿਸ਼ਾਂ ਕੀਤੀਆਂ ਨੇ। ਜਦੋਂ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਨੇ ਮਹਾਰਾਜ ਨੂੰ ਗੁਰੂ ਅਰਜਨ ਦੇਵ ਜੀ ਨੂੰ ਬੇਨਤੀ ਕਰਕੇ ਇਹ ਪੁੱਛਿਆ ਸੀ ਕਿ ਇਹ ਜਿਹੜਾ ਨਹੀਂ ਸਮਝ ਲੱਗੀ ਸਾਡੇ ਇਹੋ ਸਲੋਕ ਆਦਿ ਅੰਤ ਪੜ੍ਹਨਾ, ਇਹ ਭਾਵ ਕੀ ਹੈ। ਮਹਾਰਾਜ ਜੀ ਨੇ ਵਚਨ ਕੀਤਾ ਕੋਈ ਵੀ ਬਾਣੀ ਪੜ੍ਹਨੀ ਹੈ, ਜਪਜੀ ਸਾਹਿਬ ਪੜ੍ਹਨਾ ਹੈ, ਇਹ ਸਲੋਕ ਪਹਿਲਾਂ ਵੀ ਲਾਉਣਾ, ਬਾਅਦ 'ਚ 5 ਬਾਣੀਆਂ ਦਾ ਨਿਤਨੇਮ ਕਰਨਾ, ਇਹ ਸਲੋਕ ਪਹਿਲਾਂ ਵੀ ਪੜ੍ਹਨਾ, ਬਾਅਦ ਵਿੱਚ ਵੀ ਪੜ੍ਹਨਾ, ਰਹਿ ਰਾਸ ਤੋਂ ਪਹਿਲਾਂ ਬਾਅਦ, ਸੋਹਲੇ ਤੋਂ ਪਹਿਲਾਂ ਬਾਅਦ। ਉਹ ਤਾਂ ਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਦੇ ਸੀ ਪਹਿਲਾਂ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ, ਬਾਅਦ ਵਿੱਚ ਭੋਗ ਵੇਲੇ ਵੀ ਗੁਰਦੇਵ ਮਾਤਾ ਗੁਰਦੇਵ ਪਿਤਾ ਪੜ੍ਹਿਆ ਕਰ, ਉੱਥੇ ਇਹ ਹੁਣ ਵੀ ਕਾਨੂੰਨ ਹੈ। ਉਹ ਸਾਡੇ ਸਰੋਤ ਨੇ, ਮਹਾਂਪੁਰਖ ਪ੍ਰੋਫੈਸਰ ਦੀ ਤਰ੍ਹਾਂ ਹੁੰਦੇ ਨੇ ਜਿਨ੍ਹਾਂ ਤੋਂ ਅਸੀਂ ਸਿੱਖਣਾ ਹੁੰਦਾ।